ਚੰਡੀਗੜ੍ਹ ਦੀ ਇਕਲੌਤੀ ਲੋਕ ਸਭਾ ਸੀਟ ਦੇ ਉੱਤੇ ਇਸ ਸਮੇਂ ਕਬਜ਼ਾ ਹੋ ਚੁੱਕਿਆ ਹੈ ਕਾਂਗਰਸ ਦੇ ਕੈਂਡੀਡੇਟ ਦਾ, ਪਰ ਇਹ ਕਬਜ਼ਾ ਕਰਨਾ ਇੰਨਾ ਵੀ ਆਸਾਨ ਨਹੀਂ ਸੀ। ਬੀਜੇਪੀ ਵਰਸਿਸ ਕਾਂਗਰਸ ਹੋਈ ਤਾਂ ਹੀ ਕਰਕੇ ਕਾਂਗਰਸ ਦੇ ਹੱਕ ਦੇ ਵਿੱਚ ਇਹ ਸੀਟ ਆਉਂਦੀ ਹੈ, ਪਰ ਕਿਸ ਤਰੀਕੇ ਦੇ ਨਾਲ ਇਹ ਚੋਣ ਮੈਦਾਨ ਦੇ ਵਿੱਚ ਇਹ ਮੁਕਾਬਲਾ ਇੰਟਰਸਟਿੰਗ ਬਣਦਾ ਰਹਿੰਦਾ ਹੈ, 8 ਰਾਊਂਡ ਦੇ ਵਿੱਚ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਮਨੀਸ਼ ਤਿਵਾੜੀ ਬਨਾਮ ਸੰਜੇ ਟੰਡਨ। ਦੱਸ ਦਈਏ ਕਿ ਚੰਡੀਗੜ੍ਹ ਲੋਕ ਸਭਾ ਚੋਣਾਂ 2024 ਦੀ ਜਿੱਤ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਬੀਜੇਪੀ ਦੇ ਸੰਜੇ ਟੰਡਨ ਨੂੰ ਮਹਿਜ਼ 2504 ਵੋਟਾਂ ਦੇ ਮਾਮੂਲੀ ਫਰਕ ਦੇ ਨਾਲ ਹਰਾਇਆ। ਜੇਕਰ ਮਨੀਸ਼ ਤਿਵਾੜੀ ਦੀ ਗੱਲ ਕਰੀਏ ਤਾਂ ਉਹ ਪੇਸ਼ੇ ਵਜੋਂ ਇੱਕ ਵਕੀਲ ਨੇ। 1980 ਦੇ ਦਹਾਕੇ ਦੇ ਵਿੱਚ ਪਾਰਟੀ ਦੇ ਵਿਦਿਆਰਥੀ ਵਿੰਗ ਦੇ ਨਾਲ ਆਪਣੀ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਦੇ ਨੇ। ਪਾਰਟੀ ਨੇ ਉਹਨਾਂ ਨੂੰ ਪਹਿਲੀ ਵਾਰ 2004 ਦੇ ਵਿੱਚ ਮੌਕਾ ਦਿੱਤਾ, ਜਦੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਖਿਲਾਫ ਮੈਦਾਨ ਦੇ ਵਿੱਚ ਉਤਾਰਿਆ ਗਿਆ, ਪਰ ਅਫਸੋਸ ਦੀ ਗੱਲ ਉਹ ਹਾਰ ਜਾਂਦੇ ਨੇ। 5 ਸਾਲਾਂ ਬਾਅਦ ਤਿਵਾੜੀ ਨੇ ਅਕਾਲੀ ਦਲ ਦੇ ਗੁਰਚਰਨ ਸਿੰਘ ਨੂੰ ਹਰਾ ਕੇ ਲੁਧਿਆਣਾ ਜਿੱਤਿਆ। ਉਹ ਪਾਰਟੀ ਦੇ ਮੁੱਖ ਬੁਲਾਰਿਆਂ ਦੇ ਵਿੱਚੋਂ ਇੱਕ ਬਣ ਗਏ। 2012 ਤੋਂ 2014 ਤੱਕ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਰਹੀ। ਸਰਕਾਰ ਦੇ ਵਿੱਚ ਸੂਚਨਾ ਅਤੇ ਪ੍ਰਸਾਰ ਮੰਤਰੀ ਦੇ ਵਿੱਚੋਂ ਉਹਨਾਂ ਦੇ ਵੱਲੋਂ ਕੰਮ ਕੀਤਾ ਗਿਆ। ਹੁਣ ਗੱਲ ਸੰਜੇ ਟੰਡਨ ਦੀ ਕਰਦੇ ਹਾਂ, ਜੋ ਕਿ ਪੰਜਾਬ ਦੇ ਬੀਜੇਪੀ ਨੇਤਾ ਅਤੇ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਦੇ ਬੇਟੇ ਨੇ। ਸੈਕਟਰ 18 ਦਾ ਵਸਨੀਕ 2010 ਤੋਂ 2019 ਤੱਕ ਸਭ ਤੋਂ ਲੰਮੇ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਚੰਡੀਗੜ੍ਹ ਦਾ ਪ੍ਰਧਾਨ ਵੀ ਰਿਹਾ। ਹੁਣ ਗੱਲ ਕਰਦੇ ਹਾਂ ਉਸ ਮੁਕਾਬਲੇ ਦੀ, ਜੋ 4 ਜੂਨ ਨੂੰ ਇਹਨਾਂ ਦੋਵਾਂ ਕੈਂਡੀਡੇਟਸ ਵਿੱਚ ਦੇਖਣ ਨੂੰ ਮਿਲਿਆ। 1 ਰਾਊਂਡ ਤੋਂ ਲੈ ਕੇ 8 ਰਾਊਂਡ ਤੱਕ ਕੁਝ ਅਜਿਹੇ ਹੇਰ ਫੇਰ ਹੋਏ, ਜਦੋਂ ਚੰਡੀਗੜ੍ਹ ਦੇ ਵਾਸੀਆਂ ਨੇ ਦੱਸ ਦਿੱਤਾ ਕਿ ਇੱਥੇ ਜਿੱਤਣਾ ਇੰਨਾ ਵੀ ਆਸਾਨ ਨਹੀਂ। ਜੇਕਰ ਪਹਿਲੇ ਗੇੜ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਤਿਵਾੜੀ ਅੱਗੇ ਚੱਲ ਰਹੀ ਸੀ 739 ਵੋਟਸ ਦੇ ਨਾਲ। ਰਾਊਂਡ 2 ਦੇ ਵਿੱਚ ਤਿਵਾੜੀ ਲੀਡ ਰਹਿੰਦੇ ਨੇ ਅਤੇ ਰਾਈਸ ਕਰਦੇ ਨੇ 4569 ਵੋਟਸ ਦੇ ਨਾਲ, ਪਰ ਤੀਜੇ ਰਾਊਂਡ ਦੇ ਵਿੱਚ ਵੀ ਉਹ ਲੀਡਿੰਗ 'ਤੇ ਹੀ ਨਜ਼ਰ ਆਉਂਦੇ ਨੇ 5340 ਵੋਟਸ ਦੇ ਨਾਲ। ਰਾਊਂਡ 4 ਦੀ ਜੇਕਰ ਗੱਲ ਕਰਦੇ ਹਾਂ ਤਾਂ ਇੱਥੇ ਤਖਤਾ ਥੋੜ੍ਹਾ ਜਿਹਾ ਪਲਟ ਹੁੰਦਾ ਨਜ਼ਰ ਆਉਂਦਾ। ਚੌਥੇ ਰਾਊਂਡ ਦੇ ਵਿੱਚ ਤਿਵਾੜੀ ਦੀ ਲੀਡ ਡਾਊਨ ਹੁੰਦੀ ਹੈ 5027 ਵੋਟਸ ਦੇ ਨਾਲ। ਰਾਊਂਡ 5 ਦੇ ਵਿੱਚ ਤਿਵਾੜੀ ਫਿਰ ਉੱਪਰ ਉੱਠਦੇ ਨੇ 6096 ਵੋਟਸ ਦੇ ਨਾਲ। ਰਾਊਂਡ 6 ਦੇ ਵਿੱਚ ਤਿਵਾੜੀ ਦੀ ਲੀਡ ਫਿਰ ਰਾਈਜ਼ ਰਹਿੰਦੀ ਹੈ 10423 ਵੋਟਸ ਦੇ ਨਾਲ। ਰਾਊਂਡ 7 ਦੇ ਵਿੱਚ ਤਿਵਾੜੀ ਦੀ ਲੀਡ ਬਰਕਰਾਰ ਰਹਿੰਦੀ ਹੈ 10485 ਵੋਟਸ ਦੇ ਨਾਲ। ਰਾਊਂਡ 8 ਦੇ ਵਿੱਚ ਕੁਝ ਇੰਟਰਸਟਿੰਗ ਵੇਖਣ ਨੂੰ ਮਿਲਦਾ, ਕਿਉਂਕਿ ਤਿਵਾੜੀ ਦੀ ਲੀਡ ਡਾਊਨ ਜਾਂਦੀ ਹੈ 10194 ਵੋਟਸ ਦੇ ਨਾਲ। ਜੇਕਰ ਰਾਊਂਡ 9 ਦੀ ਗੱਲ ਕਰੀਏ ਤਾਂ ਉਦੋਂ ਵੀ ਤਿਵਾੜੀ ਦੀ ਲੀਡ ਡਾਊਨ ਹੀ ਰਹਿੰਦੀ ਹੈ 8450 ਵੋਟਸ ਦੇ ਨਾਲ। ਦਸਵੇਂ ਗੇੜ ਤੱਕ ਆਉਂਦੇ ਹੋਏ ਵੀ ਤਿਵਾੜੀ ਡਾਊਨ 'ਤੇ ਹੀ ਰਹਿੰਦੇ ਨੇ 6598 ਵੋਟਸ ਦੇ ਨਾਲ। ਗਿਆਰਵੇਂ ਗੇੜ ਦੇ ਵਿੱਚ ਤਿਵਾੜੀ ਦੀ ਲੀਡ ਡਾਊਨ ਹੀ ਵੱਲ ਜਾ ਰਹੀ ਸੀ 6081 ਵੋਟਸ ਦੇ ਉੱਤੇ। ਰਾਊਂਡ 12 ਦੇ ਵਿੱਚ ਤਿਵਾੜੀ ਦੀ ਫਿਰ ਤੋਂ ਲੀਡ ਥੱਲੇ ਹੀ ਰਹਿੰਦੀ ਹੈ 4991 ਵੋਟਸ ਦੇ ਨਾਲ। ਰਾਊਂਡ 13 ਦੇ ਵਿੱਚ ਤਿਵਾੜੀ ਵਾਪਸੀ ਕਰਦੇ ਨੇ 6076 ਵੋਟਸ ਦੇ ਨਾਲ। ਰਾਊਂਡ 14 ਦੇ ਵਿੱਚ ਤਿਵਾੜੀ ਦੀ ਲੀਡ ਇੱਕ ਵਾਰ ਫਿਰ ਤੋਂ ਡਾਊਨ ਚਲੇ ਜਾਂਦੀ ਹੈ 3689 ਵੋਟਸ ਦੇ ਨਾਲ। ਪਰ ਰਾਊਂਡ 15 ਜੋ ਕਿ ਆਖਰੀ ਰਾਊਂਡ ਸੀ ਜਿੱਥੇ ਕਿ ਫਿਨਿਸ਼ਿੰਗ ਹੁੰਦੀ ਹੈ ਅਤੇ ਲੀਡ ਉੱਪਰ ਜਾਂਦੀ ਹੈ ਅਤੇ ਵਿਨਿੰਗ ਮਾਰਜਨ ਹੁੰਦਾ 2500 ਵੋਟਸ ਦਾ।